बड़ा मन खुश होया, दिल बागो बाग हो गया। जो मेरी धी ने कहा ना भी बापू तूड़ी बनाने हैं, बड़ा औखा हुई जाना, ये तो गर्दा ही बड़ा पैंदा। कहिंदी लिया बापू मैं हेल्प करा तेरी, आ देख लो। ये धी मेरी वाकई पुत नालों बहुत अगे आ, ते जिन्नी मेरी धी मेरी काम दे विच हेल्प करती आ, हालांकि 8th क्लास दे विच पढ़ती है बेटी अपनी, ते अज मेरी रूह इन्नी खुश हुई, चित बागो बाग हो गया जिसने कहा भी लिया बापू मैं तेरी हेल्प करा। ਇਹ ਵੀਡੀਓ ਉਹਨਾਂ ਲੋਕਾਂ ਵਾਸਤੇ ਹੈ ਜੋ ਅੱਜ ਵੀ ਧੀਆਂ ਤੇ ਪੁੱਤਾਂ ਵਿੱਚ ਫਰਕ ਕਰਦੇ ਨੇ। ਦੇਖੋ ਜਦੋਂ ਇੱਕ ਧੀ ਨੇ ਆਪਣੇ ਪਿਤਾ ਨੂੰ ਖੇਤ ਵਿੱਚ ਤੂੜੀ ਬਣਾਉਂਦੇ ਵੇਖਿਆ ਤੇ ਕਿੱਦਾਂ ਉਹ ਪੁੱਤਾਂ ਵਾਂਗ ਪਿਤਾ ਦੇ ਮੋਢੇ ਨਾਲ ਮੋਢਾ ਲਾ ਕੇ ਖੇਤ ਵਿੱਚ ਆ ਖੜੀ ਹੋਈ ਤੇ ਪਿਤਾ ਨਾਲ ਜਿੱਦਾਂ ਹੀ ਉਸਨੇ ਹੱਥ ਵਟਾਉਣਾ ਸ਼ੁਰੂ ਕੀਤਾ, ਟਰੈਕਟਰ ਤੇ ਬਹਿ ਕੇ ਟਰੈਕਟਰ ਤੋਰਿਆ, ਤਾਂ ਫਿਰ ਇਸ ਪਿਤਾ ਦੀ ਖੁਸ਼ੀ ਦਾ ਕੋਈ ਅੰਤ ਹੀ ਨਾ ਰਿਹਾ। ਦੇਖੋ ਫਿਰ ਕਿੱਦਾਂ ਇਸ ਪਿਤਾ ਨੇ ਆਪਣੀ ਖੁਸ਼ੀ ਸਾਂਝੀ ਕੀਤੀ ਸੰਗਤ ਨਾਲ ਤੇ ਦੱਸਿਆ ਕਿ ਧੀਆਂ ਪੁੱਤਾਂ ਨਾਲੋਂ ਕਿਤੇ ਵੱਧ ਹੁੰਦੀਆਂ ਨੇ। ਲਓ ਜੀ ਪਿਆਰੇ ਦੋਸਤੋ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਬੜਾ ਮਨ ਖੁਸ਼ ਹੋਇਆ ਅੱਜ, ਦਿਲ ਬਾਗੋ ਬਾਗ ਹੋ ਗਿਆ ਜਦੋਂ ਮੇਰੀ ਧੀ ਨੇ ਕਿਹਾ ਨਾ ਵੀ ਬਾਪੂ ਤੂੜੀ ਬਣਾਉਣੇ ਆ, ਬੜਾ ਔਖਾ ਹੋਈ ਜਾਂਦਾ, ਇਹ ਤਾਂ ਗਰਦਾ ਹੀ ਬੜਾ ਪੈਂਦਾ। ਕਹਿੰਦੀ ਲਿਆ ਬਾਪੂ ਮੈਂ ਹੈਲਪ ਕਰਾਂ ਤੇਰੀ, ਆਹ ਦੇਖ ਲਓ। ਆ ਮੈਂ ਦਿਖਾਉਣਾ ਤੁਹਾਨੂੰ ਮੇਰੀ ਧੀ ਮੇਰੀ ਹੈਲਪ ਕਰ ਰਹੀ ਆ। ਇਹ ਮੇਰੀ ਧੀ ਹੈ ਜੀ, ਮੇਰੀ ਬੇਟੀ ਆ। ਵਾਕਈ ਇਹ ਧੀ ਮੇਰੀ ਵਾਕਈ ਪੁੱਤ ਨਾਲੋਂ ਬਹੁਤ ਅੱਗੇ ਆ, ਤੇ ਜਿੰਨੀ ਮੇਰੀ ਧੀ ਮੇਰੀ ਕੰਮ ਦੇ ਵਿੱਚ ਹੈਲਪ ਕਰਦੀ ਆ, ਹਾਲਾਂਕਿ 8th ਕਲਾਸ ਦੇ ਵਿੱਚ ਪੜ੍ਹਦੀ ਹੈ ਬੇਟੀ ਆਪਣੀ, ਤੇ ਅੱਜ ਮੇਰੀ ਰੂਹ ਇੰਨੀ ਖੁਸ਼ ਹੋਈ, ਚਿੱਤ ਵਾਗੋ ਵਾਗ ਹੋ ਗਿਆ ਜਿਹਦੇ ਨੇ ਕਿਹਾ ਵੀ ਲਿਆ ਬਾਪੂ ਮੈਂ ਤੇਰੀ ਹੈਲਪ ਕਰਾਂ। ਕਹਿੰਦੀ ਲੈ ਬਾਪੂ ਮੈਂ ਤੇਰੀ ਹੈਲਪ ਕਰਦੀ ਹਾਂ, ਤੇ ਰੂਹ ਖੁਸ਼ ਹੋ ਗਈ ਅੱਜ। ਤੇ ਮੇਰਾ ਦਿਲ ਕੀਤਾ, ਮੈਂ ਕਿਹਾ ਹੋਰ ਕੁਛ ਨਹੀਂ, ਮੈਂ ਦਿਖਾਵਾਂ ਤਾਂ ਸਹੀ ਵੀ ਇਹਨਾਂ ਧੀਆਂ ਦੇ ਜੰਮਣ 'ਤੇ ਲੋਕ ਰੋਂਦੇ ਆ, ਇਹਨਾਂ ਧੀਆਂ ਦੇ ਜੰਮਣ 'ਤੇ ਲੋਕ ਰੋਂਦੇ ਆ। ਦੇਖੋ ਇਹ ਆ ਮੇਰੀ ਬੇਟੀ ਰਿਪਨ, ਰਿਪਨ ਕੌਰ ਸਿੱਧੂ। ਸੱਚੀ ਦਿਲ ਖੁਸ਼ ਹੋ ਗਿਆ ਅੱਜ, ਦਿਲ ਬਾਗੋ ਬਾਗ ਹੋ ਗਿਆ। ਥੈਂਕ ਯੂ ਮੇਰੇ ਵੀਰਾਂ ਦਾ, ਬਹੁਤ ਬਹੁਤ ਧੰਨਵਾਦ ਸੱਜਣਾ ਦਾ, ਤੇ ਥੈਂਕ ਯੂ ਉਸ ਰੱਬ ਦਾ ਜਿਹਨੇ ਇੱਕ ਹੀਰੇ ਵਰਗੀ ਧੀ, ਇੱਕ ਨਹੀਂ ਦੋ ਧੀਆਂ ਇੱਕ ਪੁੱਤ ਇਸ ਰੱਬ ਨੇ ਮੇਰੀ ਝੋਲੀ ਪਾਏ ਆ। ਪਰ ਇਹ ਧੀ ਵੀ ਮੇਰੀ ਪੁੱਤਾਂ ਨਾਲ ਘੱਟ ਨਹੀਂ ਹੈ। ਓਕੇ ਵੀਰ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਜਿਹੜੇ ਲੋਕ ਧੀਆਂ ਨੂੰ ਪਿਆਰ ਕਰਦੇ ਆ, ਇਸ ਵੀਡੀਓ ਨੂੰ ਜ਼ਰੂਰ ਸ਼ੇਅਰ ਕਰੋ। ਸਤਿ ਸ਼੍ਰੀ ਅਕਾਲ ਮੇਰੇ ਸਾਰੇ ਵੀਰ ਭਰਾਵਾਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੀਆਂ ਨੂੰ ਪਿਆਰ ਕਰੋ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ, ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।